ਮਨਪ੍ਰੀਤ ਨੂੰ ਮੁਗਲ ਸੀ ਯਾਦ ਹੁੰਦੇ ਕਿਉਂਕਿ ਮਤਲਬ ਪੁਰਾਣੇ ਜ਼ਮਾਨੇ 'ਚ ਮੁਗਲ ਹੀ ਹੋਣਾ ਜਿਨ੍ਹਾਂ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਸੀ ਕਿਉਂਕਿ ਤੁਸੀਂ ਬੋਲੀ ਵੀ ਦੇਖੋ ਉਹੀ ਬੋਲੀ ਬੋਲਣਗੇ ਉਹੀ ਸ਼ਾਇਰੀ ਕਰਨਗੇ ਉਹਦੇ ਯਾਦ ਕਰਕੇ ਸੋ ਉਹ ਆਪਣੀ ਮੁਗਲਾਂ ਦੀ ਪੁਰਾਣੀ ਰੂਹ ਉਹਨਾਂ 'ਚ ਆ ਗਈ ਹੈ ਕੀ ਹੈ ਕਿ ਪਿਛਲੇ 6 ਮਹੀਨਿਆਂ 'ਤੇ ਜਲਦੀ ਕਰ ਰਹੇ ਹੈ ਜੇ ਉਹਨਾਂ ਦੇ ਮਨ 'ਚ ਹੁੰਦਾ ਅਤੇ ਇਲੈਕਸ਼ਨ ਤੋਂ ਪਹਿਲੇ ਕਰ ਦੇਣਾ ਸੀ ਉਹਨਾਂ ਨੇ ਕਿਉਂਕਿ ਇਲੈਕਸ਼ਨ ਤੱਕ ਨਹੀਂ ਕੀਤਾ ਉਹਨਾਂ ਨੇ ਕਰਨਾ ਹੀ ਨਹੀਂ ਹੈ ਪੰਜਾਬ ਦੀ ਸਰਕਾਰ ਝੂਠਾਂ 'ਤੇ ਨਿਰਭਰ ਉਹਨਾਂ ਨੇ ਕਰਜ਼ਾ ਮਾਫ਼ੀ ਕਿਹਾ ਸੀ ਪਹਿਲੇ ਕਹਿੰਦੇ 90,000 ਕਰਜ਼ਾ ਮਾਫ਼ ਕਰਾਂਗੇ ਹੁਣ 1500 'ਤੇ ਆ ਗਏ 90,000 ਕਰੋੜ ਕਿੱਥੇ 90,000 ਕਰੋੜ ਕਿੱਥੇ 1500 ਕਰੋੜ ਫਿਰ ਕਹਿੰਦੇ ਘਰ ਘਰ ਨੌਕਰੀ ਦੇਵੋਗੇ ਹੁਣ ਕਿੱਧਰ ਗਈ 2500 ਕਹਿੰਦੇ ਪੈਨਸ਼ਨ ਦੇਵਾਂਗੇ ਜਦੋਂ ਹੀ ਸਰਕਾਰ ਬਣੀ ਹੈ 1 ਰੁਪਿਆ ਪੈਨਸ਼ਨ ਬਜ਼ੁਰਗ ਨੂੰ ਨਹੀਂ ਆਈ 1 ਰੁਪਿਆ ਸ਼ਗਨ ਕੋਈ ਸ਼ਾਦੀ 'ਚ ਨਹੀਂ ਆਇਆ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਇੰਸ਼ੋਰੈਂਸ ਸਕੀਮ ਮੈਡੀਕਲ ਸਕੀਮ SC ਸਕਾਲਰਸ਼ਿਪ BC ਅਤੇ 200 ਯੂਨਿਟ ਸਾਰਾ ਕੁਝ ਬੰਦ ਕਰ ਦਿੱਤਾ ਟਿਊਬਵੈੱਲਾਂ 'ਤੇ ਬਿੱਲ ਲਾਉਣ ਲੱਗ ਗਏ ਲੋਨੇ ਇਸ਼ੂ ਕਰ ਦੇਣੇ ਇਹਨਾਂ ਨੇ ਮਾਮਲਾ ਜਿਹੜਾ ਨਹਿਰੀ ਪਾਣੀ 'ਤੇ ਲਾ ਦਿੱਤੇ ਇਹਨਾਂ ਨੇ 200 ਰੁਪਇਆ ਕਿੱਲਾ ਪਰ ਮੰਥ ਇਹਨੇ ਲਾ ਦਿੱਤਾ ਕੈਬਨਿਟ ਪਿਛਲੀ ਉਦੋਂ ਤਾਂ ਵੋਟਾਂ ਲੈਣੀਆਂ ਸੀ ਅਸੀਂ ਆਹ ਕਰ ਦਾਂਗੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕਿਵੇਂ ਕਰ ਦਿੱਤਾ ਮਹਾਰਾਸ਼ਟਰ ਸਰਕਾਰ ਨੇ ਕਿਵੇਂ ਕਰਤਾ ਰਾਜਸਥਾਨ ਸਰਕਾਰ ਨੇ ਕਿਵੇਂ ਕਰ ਦਿੱਤਾ ਹੁਣ ਉਹ ਤਾਂ ਨਹੀਂ ਮੋਦੀ ਸਾਹਿਬ ਭੁੱਲ ਗਏ ਚੁਣਾਵ ਪ੍ਰਚਾਰ 'ਚ ਲੰਘਾ ਪ੍ਰਕਰਨ ਦਾ ਕਿੰਨਾ ਅਸਰ ਪਏਗਾ ਚੁਣਾਵਾਂ ਦੇ ਸੀ ਉਹ ਹੁਣ ਸਾਡੀ ਪਾਰਟੀ 'ਚ ਨਹੀਂ ਹੈ ਜੁਡੀਸ਼ੀਅਲ ਪ੍ਰੋਸੈਸ ਚੱਲ ਰਿਹਾ ਮੈਂ ਇਹਦੇ ਰਿਕਮੈਂਡ ਨਹੀਂ ਕਰਨਾ ਚਾਹੁੰਦਾ ਪਰ ਜੋ ਹੋਇਆ ਬਹੁਤ ਗਲਤ ਹੋਇਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਸਟਿਸ ਰਣਜੀਤ ਸਿੰਘ ਇੱਕ ਕਾਂਗਰਸ ਦਾ ਟੂਲ ਹੈ ਜਦੋਂ ਜਸਟਿਸ ਵੀ ਸੀ ਉਦੋਂ ਵੀ ਜਸਟਿਸ ਨਹੀਂ ਦਿੰਦੇ ਸੀ ਲੋਕਾਂ ਨੂੰ ਉਦੋਂ ਵੀ ਜੋ ਹੁਕਮ ਕਾਂਗਰਸ ਦਾ ਹੁੰਦਾ ਸੀ ਅਸੀਂ ਉਹਨਾਂ ਦੀ ਜਦੋਂ ਜਸਟਿਸ ਹੁੰਦੇ ਸੀ ਜਦੋਂ ਕੋਈ ਅਕਾਲੀ ਦਲ ਦਾ ਜਾਂ ਕੋਈ ਪਾਰਟੀ ਦਾ ਕੋਈ ਵੀ ਕੇਸ ਕਿਸੇ ਵਰਕਰ ਦਾ ਆਉਂਦਾ ਸੀ ਸਾਡੇ ਵਕੀਲ ਉਹਨਾਂ ਨੂੰ ਖੜ੍ਹੇ ਹੋ ਕੇ ਕਹਿੰਦੇ ਸੀ ਜਦੋਂ ਜਸਟਿਸ ਦੀ ਕੁਰਸੀ ਕੁਰਸੀ ਬੈਠੇ ਕਿ ਤੁਸੀਂ ਨਹੀਂ ਸੁਣ ਸਕਦੇ ਕਿਉਂਕਿ ਤੁਸੀਂ ਬਾਇਸਡ ਹੋ ਜਸਟਿਸ ਰਣਜੀਤ ਸਿੰਘ ਉਹਦੇ ਜੀਜਾ ਹੈਗੇ ਆਪਣੇ ਖਹਿਰੇ ਦੇ ਜੀਜਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਗਰੀ ਦੋਸਤ ਹੈ ਆਹ ਉਹਨਾਂ ਨੂੰ ਨੌਕਰੀ ਮਿਲ ਰਿਟਾਇਰ ਹੋ ਗਏ ਇਸ ਕਰਕੇ ਉਹਨੂੰ ਨੌਕਰੀ ਦਿੱਤੀ ਹੈ ਉਹ ਇਹਨਾਂ ਨੇ ਕੰਮ ਸ਼ੁਰੂ ਕੀਤਾ ਉਹਨਾਂ ਨੂੰ ਸਿੱਖ ਮਰਿਆਦਾ ਬਾਰੇ ਪਤਾ ਨਹੀਂ ਇੱਕ ਪਤਿਤ ਸਿੱਖ ਹੈ ਪਹਿਲੀ ਗੱਲ ਉਹ ਕਾਲ ਤੱਕ ਉਹਨੂੰ ਐਂ ਨਹੀਂ ਪਤਾ ਕਾਲ ਤੱਕ ਸਾਹਿਬ ਦੇ ਜਜ਼ਬਾ ਨੂੰ ਕੋਈ ਸਮਝ ਨਹੀਂ ਕਰ ਸਕਦਾ ਆ ਸਿੱਖ ਟ੍ਰੈਡੀਸ਼ਨ ਹੈ SGPC ਨੂੰ ਕੋਈ ਅੰਗਰੇਜ਼ਾਂ ਦੇ ਟਾਈਮ ਵੀ ਜਦੋਂ ਚਾਬੀਆਂ ਦਾ ਮੋਰਚਾ ਸੀ ਜਿੱਥੇ ਅੰਗਰੇਜ਼ ਮਜਬੂਰ ਹੋਏ ਸੀ SGPC ਦਾ ਕੋਈ ਬੰਦਾ ਉਹਨਾਂ ਕੋਲ ਲੈ ਨਹੀਂ ਗਿਆ ਚਾਬੀ ਅੰਗਰੇਜ਼ ਆਪ ਚੱਲ ਕੇ SGPC ਕੋਲ ਆਏ ਸਰ ਉਹਨਾਂ ਦਾ ਬਿਆਨ ਵੀ ਸੰਭਵ ਨਹੀਂ ਕਿਸੇ ਰਿਕਾਰਡ ਮੰਗਿਆ ਰਿਕਾਰਡ ਸੰਭਵ ਰੱਖੀ ਰਿਕਾਰਡ ਮੰਗਿਆ ਉਹ ਕੌਣ ਹੁੰਦੇ ਆ ਜਿਹੜਾ ਉਹਨੂੰ ਸਿੱਖ ਟ੍ਰੈਡੀਸ਼ਨ ਸਿੱਖ ਮੰਗਾਉਣਾ ਐਂਡ ਉਹ ਰਿਕਾਰਡ ਕਿਸ ਵਾਸਤੇ ਬੇਅਦਬੀ ਵਾਲ ਕਰ ਰਹੇ ਜਿਹੜੀ ਪਾਰਟੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਹੋਏ ਉਹ ਕੁਸ਼ਚਨ ਮਾਰਕ ਕਰ ਰਹੀ ਹੈ ਜਿਹਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਕਤਲੇਆਮ ਕੀਤਾ ਹੋਵੇ ਬੱਚਿਆਂ ਨੂੰ ਕਤਲੇਆਮ ਕੀਤਾ ਹੋਵੇ ਆਈ ਕੈਪਟਨ ਅਮਰਿੰਦਰ ਸਿੰਘ ਉਹ ਕੈਪਟਨ ਅਮਰਿੰਦਰ ਸਿੰਘ ਆ ਜਿਹਨੇ ਪਿਛਲੀ ਵਾਰ ਮੁੱਖ ਮੰਤਰੀ ਬਣਿਆ SGPC 'ਤੇ ਕਬਜ਼ਾ ਕਰਨਾ ਆ ਕੈਪਟਨ ਅਮਰਿੰਦਰ ਸਿੰਘ ਬੇਸਿਕਲੀ ਕਾਂਗਰਸ ਦੇ ਹੁਕਮ 'ਤੇ ਗਾਂਧੀ ਪਰਿਵਾਰ ਦੇ ਹੁਕਮ 'ਤੇ ਸਾਰਾ ਕੰਮ ਕਰ ਰਿਹਾ ਕਿਉਂਕਿ ਗਾਂਧੀ ਪਰਿਵਾਰ ਦੀ ਦੁਸ਼ਮਣੀ ਇੱਕੋ ਇੱਕ ਹੈ ਕਿ ਸਿੱਖ ਇੰਸਟੀਟਿਊਸ਼ਨ ਸਿੱਖ ਮਰਿਆਦਾ ਨੂੰ ਖਤਮ ਕੀਤਾ ਜਾਏ ਹਰ ਵਾਰ ਉਹਨਾਂ ਦੀ ਆ ਰਹੀ ਹੈ ਸਰ ਵੱਡੇ ਬਾਦਲ ਸਾਹਿਬ ਦੀ ਜ਼ਿਆਦਾ ਰੜਕ ਰਹੀ ਹੈ ਚੁਣਾਵਾਂ 'ਚ ਕਾਂਗਰਸ ਜਿਹੜੀ ਹੈਗੀ ਹੈ ਕੌਮੀ ਨਜ਼ਰ ਆ ਰਹੀ ਹੈਗੀ ਹੈ ਇਸ ਚੁਣਾਵ ਦੇ ਦੌਰਾਨ ਤੁਹਾਡੇ ਕੈਂਡੀਡੇਟ ਬਾਰੇ ਕੀ ਹੈ ਪਤਾ ਲੱਗ ਜੂ ਉਹਨਾਂ ਨੂੰ ਸਰ ਵੱਡੇ ਬਾਦਲ ਸਾਹਿਬ ਦੀ 11 ਏਰੀ ਦਿਖ ਰਹੀ ਹੈ ਲੋਕਾਂ ਨੂੰ ਮਹਿਸੂਸ ਕੀ ਕਾਰਨ ਨਹੀਂ ਆ ਰਹੇ ਕਿ ਬਾਦ ਵੱਡੇ ਬਾਦਲ ਸਾਹਿਬ ਦਾ ਆਸ਼ੀਰਵਾਦ ਸਾਰਿਆਂ ਦੇ ਸਾਡੇ ਵਰਕਰਾਂ ਨੂੰ ਮੈਂ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰ ਰਹੇ ਆ ਉਹ ਉਸ ਇਲਾਕੇ ਤੋਂ ਆ ਜਾਖੜ ਸਾਹਿਬ ਜਿੱਥੇ ਨਹਿਰੀ ਪਾਣੀ ਮਿਲਦਾ ਅਤੇ ਜਾਖੜ ਸਾਹਿਬ ਨੂੰ ਪੁੱਛੋ ਪਹਿਲਾ ਸਵਾਲ ਮੈਂ ਕਿ ਉਹਨਾਂ ਦਾ ਨਹਿਰੀ ਪਾਣੀ ਉਸ ਇਲਾਕੇ 'ਚ ਅਤੇ ਟੈਕਸ ਲਾ ਤਾ ਸਰਕਾਰ ਨੇ 200 ਰੁਪਇਆ ਪਰ ਕਿੱਲਾ ਏਕੜ ਲਾ ਦਿੱਤਾ ਹੈ ਜਿਹੜਾ ਇੰਨੇ ਸਾਲ ਅਸੀਂ ਮਾਫ਼ ਰੱਖਿਆ ਸੀ ਫਿਰ ਕਿਸਾਨਾਂ ਦੀ ਗੱਲ ਕੀ ਕਰਦੇ ਆ ਜਾਖੜ ਸਾਹਿਬ ਪਹਿਲੇ ਸਟੈਪ ਕਰ ਦੂਜੀ ਗੱਲ ਮੈਂ ਜਾਖੜ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕੀ ਜਾਖੜ ਸਾਹਿਬ ਗੁਰਦਾਸਪੁਰ ਦੀ ਜਨਤਾ ਨੂੰ ਵਾਅਦਾ ਕਰਨ ਕੀ ਕਰ ਰਹੇ ਹੈ ਜਾਂ ਐਲਾਨ ਕਰਨ ਕਿ ਮੈਂ ਅੱਜ ਤੋਂ ਬਾਅਦ ਗੁਰਦਾਸਪੁਰ ਹੀ ਰਹੂੰਗਾ ਜਿੱਥਾ ਜੋ ਮਰਜ਼ੀ ਹੋ ਜਾਵੇ ਕਹਿੰਦਾ ਮੈਂ ਨਹੀਂ ਰਹਿਣਾ ਫਿਰ ਇੱਥੇ ਚਾਰ ਪੌੜਾ ਆਇਆ ਫਿਰ ਇੱਥੇ ਕੋਈ ਖੇਡਣਾ ਆਇਆ ਜੇ ਮੈਂ ਨਾ ਰਹਿਣਾ ਫਿਰ ਇੱਥੇ ਕਰਨ ਕੀ ਆਇਆ
ਮੈਂ ਕਲੀਅਰ ਗੱਲ ਕੀਤੀ ਹੈ, ਅਸੀਂ ਜੋ ਆਪਾਂ ਕੰਮ ਕੀਤੇ ਅਸੀਂ ਦੱਸੇ, ਅਸੀਂ ਕਿ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਝੂਠੇ ਤਾਂ ਨਹੀਂ ਕੀਤੇ, ਉਹ ਦੱਸੇ ਆ ਇਸ਼ੂਜ਼ ਹੈ। ਲੋਕ ਪਛਾਣ ਫਰਕ ਦੇਖ ਲੈਣ ਕਿ ਜਿਹਨਾਂ ਕਿਹਾ ਸੀ ਕਿਹੜੀ ਪਾਰਟੀ ਹੈ ਜੋ ਕਹਿੰਦੀ ਹੈ ਕਰਦੀ ਹੈ, ਕਿਹੜੀ ਪਾਰਟੀ ਹੈ ਜਿਹੜੀ ਝੂਠ ਦੇ ਫਿਰ ਬਣਾ। ਮੋਦੀ ਗਵਰਨਮੈਂਟ ਦਾ ਕੀ ਜਾਦੂ ਜਿਹੜਾ ਕਿ ਇਸ ਚੋਣਾਂ ਦੇ ਵਿੱਚ ਚੱਲੇਗਾ, ਤੁਸੀਂ ਭਾਈਵਾਲ ਪਾਰਟੀ ਹੈ ਪੰਜਾਬ ਦੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਅਤੇ ਮੋਦੀ ਸਾਹਿਬ ਦਾ ਜਾਦੂ ਹਰ ਜਗ੍ਹਾ ਚੱਲਦਾ ਸਰ, ਸਪੈਸ਼ਲੀ ਅਕਾਲੀ ਦਲ ਦੀ ਰੈਲੀ 'ਤੇ ਸਿੱਧੂ ਦੇ ਕਲੇਮ 'ਚ ਕੀਤਾ ਜਾਂਦਾ ਆ, ਸਿੱਧੂ ਤੁਰੇ ਫਿਰਦਾ ਨਾ ਟਕੂਸੀਆ ਮਾਰਦਾ ਕਿਤੇ ਇੱਥੋਂ ਜਾਲ ਮਾਰ ਕੇ ਇੱਥੇ ਇੱਥੋਂ ਮਾਰ ਕੇ ਇੱਥੋਂ। ਇਸ ਕਰਕੇ ਸਿੱਧੂ ਦੀ ਸਟੇਟਮੈਂਟ ਆ ਰਹੀ ਤੁਹਾਡੇ ਵੱਲੋਂ, ਇਸ ਜਿਹੜੇ ਬੀਜੇਪੀ ਨੇ ਜਿਹੜੇ ਇਤਿਹਾਸਿਕ ਜਿੱਤ ਬਣਾਏ ਸਨ, ਕਾਂਗਰਸ ਵਾਸਤੇ ਸਭ ਤੋਂ ਵੱਡਾ ਚਿੱਟਾ ਹਾਥੀ ਸਿੱਧੂ ਹੋਊਗਾ। ਮੈਂ ਦੱਸਾਂ ਉਹ ਪਤਾ ਲੱਗ ਜੂ ਕਾਂਗਰਸ ਨੂੰ ਜਦੋਂ ਆਈ, ਜਿਹੜਾ ਜਿਵੇਂ ਉਹ ਕਹਿੰਦਾ ਸੀ ਨਾ ਸੋਨੀਆ ਗਾਂਧੀ ਨੂੰ ਮੁੰਨੀ ਅਤੇ ਹੁਣ ਮੰਮੀ ਕਹਿੰਦਾ, ਅਤੇ ਵਾਪਸ ਮੁੰਨੀ 'ਤੇ ਆਜੂਗਾ ਦੋ ਥੋੜ੍ਹੀ ਦੇਰ ਦੇਖ ਲਿਓ, ਅਤੇ ਜੇ ਪੱਪੂ ਕਹਿੰਦਾ ਰਾਹੁਲ ਗਾਂਧੀ ਨੂੰ ਅਤੇ ਹੁਣ ਪਾਪਾ ਕਹਿੰਦਾ ਵਾਪਸ ਪੱਪੂ, ਪਤਾ ਨਹੀਂ ਕੀ ਕਹੂਗਾ ਉਹਨੂੰ। ਆਹ ਤਾਂ ਸਿੱਧੂ ਹੈ, ਬਹੁਤ ਵਧੀਆ। ਮੈਂ ਤੁਹਾਨੂੰ ਦੱਸਾਂ ਪਾਟਾ ਪਸੰਦ ਵਾਲਾ